ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਜ਼ਮੀਨ ਜਾਇਦਾਦ ਮਿਲੀ ਔਰ ਇੱਥੇ ਆ ਕੇ ਰਹਿੰਦੇ ਰਹੇ ਔਰ ਉਹਨਾਂ ਨੂੰ ਮੇਰਾ ਖਿਆਲ ਆ ਵੀ ਅਸੀਂ ਵੀ ਅਣਗੌਲਿਆ ਕੀਤਾ ਔਰ ਸਰਕਾਰ ਨੇ ਵੀ ਅਣਗੌਲਿਆ ਕੀਤਾ ਇੱਕ ਫਰਜ਼ ਵਿਭਾਗ ਤੇ ਲਾਗੂ ਕੀਤਾ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਔਰ ਜਦੋਂ ਮੈਂ ਕੱਲ੍ਹ ਦੁਬਾਰਾ ਇਹਨਾਂ ਨੂੰ ਪੜ੍ਹਿਆ ਔਰ ਉਹਦੇ 'ਚ ਜਦੋਂ ਆਇਆ ਵੀ ਰਿਹਾ ਔਰ ਅਸੀਂ ਮਤਲਬ ਸਾਡੀ ਕਿੱਦਾਂ ਦੀ ਕਰਵੈਂਟੀ ਆ ਵੀ ਜਿਹਨਾਂ ਲੋਕਾਂ ਨੇ ਉਹਨਾਂ ਸਮੇਂ 'ਚ ਇੱਡੀ ਵੱਡੀ ਕੁਰਬਾਨੀ ਕੀਤੀ ਅਤੇ ਅਸੀਂ ਲੋਕ ਜਿਹੜੇ ਨੇੜੇ ਆ ਉਹਨਾਂ ਦੇ ਅਸੀਂ ਨਹੀਂ ਉਹਨਾਂ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਅਤੇ ਸਰਕਾਰਾਂ 'ਚ ਅਸੀਂ ਠੀਕ ਨਾ ਔਰ ਮੈਂ ਸੰਖੇਪ 'ਚ ਗੱਲ ਕਰਨੀ ਚਾਹੁੰਦਾ ਬਈ ਉਹਨਾਂ ਦੇ ਹਾਂਜੀ ਸਰ ਅੱਜ ਅਸੀਂ ਸੁਲਤਾਨਪੁਰ ਨਿਵਾਸੀ ਸਹਿਤ ਸਭਾ ਦੀ ਅਗਵਾਈ ਵਿੱਚ ਔਰ ਸੰਯੁਕਤ ਮੋਰਚੇ ਦੇ ਫੈਸਲੇ ਮੁਤਾਬਕ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਡਾਕਟਰ ਦਵਾਨ ਸਿੰਘ ਜੀ ਕਾਲੇ ਪਾਣੀ ਜਿਹੜੇ ਜਿਨ੍ਹਾਂ ਦੇ ਨਾਮ ਤੋਂ ਹੀ ਜਾਣਦਾ ਕਿ ਕਾਲੇ ਪਾਣੀ ਅੰਡੇਮਾਨ ਨਿਕੋਬਾਰ ਜਿੱਥੇ ਜਿਹੜੇ ਸਿਆਸੀ ਕੈਦੀ ਸੀ ਜਾਂ ਖੂੰਖਾਰ ਕੈਦੀ ਸੀ ਉਹਨਾਂ ਨੂੰ ਉੱਥੇ ਸਜ਼ਾ ਦੇ ਤੌਰ 'ਤੇ ਅੰਗਰੇਜ਼ ਸਰਕਾਰ ਭੇਜੀ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਸੰਖੇਪ ਜਿਹਾ ਸਮਾਗਮ ਕੀਤਾ ਗਿਆ ਡਾਕਟਰ ਦਵਾਨ ਸਿੰਘ ਜੀ ਕਾਲੇ ਪਾਣੀ ਦਾ ਜਨਮ ਜਿਹੜਾ ਸੀ ਗਰੋਟੀਆਂ ਖੁਰਦ ਸਿਆਲਕੋਟ ਜ਼ਿਲ੍ਹੇ ਵਿੱਚ ਹੋਇਆ ਸੀ ਔਰ ਉਸ ਤੋਂ ਆਜ਼ਾਦੀ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਸੁਲਤਾਨਪੁਰ ਲੋਧੀ ਵਿੱਚ ਜਿਹੜੀ ਜ਼ਮੀਨਾਂ ਅਲਾਟ ਹੋਈਆਂ ਔਰ ਉਹਨਾਂ ਦਾ ਪਰਿਵਾਰ ਇੱਥੇ ਆਣ ਕੇ ਵਸਿਆ ਉਹਨਾਂ ਦੇ ਸਾਕ ਸੰਬੰਧੀ ਉਹਨਾਂ ਦੇ ਬੱਚੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਇਸ ਉਹ ਸਾਰੇ ਸੁਲਤਾਨਪੁਰ ਵਿੱਚ ਹੀ ਰਹੇ ਔਰ ਅੱਜ ਕੱਲ੍ਹ ਉਹ ਬਾਹਰ ਵੱਡੀਆਂ ਪਦਾਂ 'ਤੇ ਨੌਕਰੀਆਂ ਕਰਦੇ ਆ ਔਰ ਉਹਨਾਂ ਦੇ ਜਿਹੜੇ ਨਜ਼ਦੀਕੀ ਰਿਸ਼ਤੇਦਾਰ ਆ ਉਹ ਸੁਲਤਾਨਪੁਰ ਲੋਟੀਆਂ ਮੁਹੱਲੇ ਵਿੱਚ ਰਹਿੰਦੇ ਆ ਔਰ ਸਾਰਿਆਂ ਨੇ ਮਿਲ ਕੇ ਅਸੀਂ ਉਹਨਾਂ ਦੀ ਯਾਦ ਅੱਜ ਮਨਾਈ ਹਾਂ ਔਰ ਇਹਨਾਂ ਦੀ ਯਾਦ ਮਨਾਉਣ ਦਾ ਆਦੇਸ਼ ਸਿਰਫ ਇਹ ਹੀ ਆ ਕਿ ਉਹਨਾਂ ਨੇ ਪਹਿਲਾਂ ਅੰਗਰੇਜ਼ਾਂ ਦੀ ਜਿਹੜੀ ਹਕੂਮਤ ਸੀ ਉਹਦੇ ਖਿਲਾਫ ਆਪਣੀ ਨੌਕਰੀ ਦੀ ਪਰਵਾਹ ਨਾ ਕਰਦਿਆਂ ਹਾਂ ਉਦਾਂ ਦੇ ਖਿਲਾਫ ਸੰਘਰਸ਼ ਕੀਤਾ ਔਰ ਉਸ ਤੋਂ ਬਾਅਦ 1942 ਵਿੱਚ ਜੋ ਜਪਾਨੀਆਂ ਨੇ ਅੰਡੇਮਾਨ ਨਿਕੋਬਾਰ 'ਤੇ ਕਬਜ਼ਾ ਕੀਤਾ ਔਰ ਉਹਨਾਂ ਨੇ ਜ਼ੁਲਮ ਤਸੀਹੇ ਕਰਕੇ ਉਹਨਾਂ ਨੂੰ ਸ਼ਹੀਦ ਕਰਤਾ ਔਰ ਉਹਨਾਂ ਨੇ ਕਵਿਤਾ ਦੇ ਖੇਤਰ 'ਚ ਸਾਹਿਤ ਦੇ ਖੇਤਰ 'ਚ ਔਰ ਮਾਂ ਬੋਲੀ ਦੇ ਖੇਤਰ 'ਚ ਜਿਹੜਾ ਉਹਨਾਂ ਨੇ ਦੇਣ ਉਹ ਅੱਜ ਤੋਂ ਬੜੇ ਸਾਲ ਪਹਿਲਾਂ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀ ਹੋਇਆ ਉਦੋਂ ਤੋਂ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਔਰ ਉਹਨਾਂ ਦੀ ਇੱਕ ਗੱਲ ਜਿਹੜੀ ਆ ਬਹੁਤ ਮਹੱਤਵਪੂਰਨ ਆ ਕਿ ਹਿੰਦੁਸਤਾਨ 'ਚ ਭਾਸ਼ਾ ਦਾ ਕੋਈ ਰੌਲਾ ਨਹੀਂ ਜਿਸ ਕਿਸੇ ਦੀ ਮਾਂ ਬੋਲੀ ਆ ਉਹਦੇ 'ਚ ਉਹਨੂੰ ਪੜ੍ਹਾਓ ਜਿਹਨੇ ਦੂਸਰੀ ਗਿਆਨ ਪ੍ਰਾਪਤ ਕਰਨਾ ਉਹ ਦੂਸਰੀ ਭਾਸ਼ਾ ਸਿੱਖ ਲਵੇ ਜਿਹਨੇ ਤੀਸਰੀ ਭਾਸ਼ਾ ਸਿੱਖਣੀ ਤੀਸਰੀ ਸਿੱਖ ਲਏ ਔਰ ਭਾਸ਼ਾ ਦੀ ਲੜਾਈ ਜਿਹੜੀ ਆ ਬਿਲਕੁਲ ਗਲਤ ਆ ਉਹਨਾਂ ਦੀ ਜਿਹੜੀ ਇਹ ਪ੍ਰੇਰਣਾ ਸੀ ਉਹਨਾਂ ਦੇ ਜਿਹੜੇ ਲੇਖ ਆ ਉਹ ਭਾਸ਼ਾ ਵਿਭਾਗ ਵੱਲੋਂ ਛਾਪੇ ਗਏ ਆ ਔਰ ਸਾਡਾ ਇਹ ਮੰਤਵ ਆ ਕਿ ਉਹਨਾਂ ਨੂੰ ਯੂਨੀਵਰਸਿਟੀ ਲੈਵਲ 'ਤੇ ਸਕੂਲਾਂ ਲੈਵਲ 'ਤੇ ਔਰ ਕਾਲਜਾਂ ਲੈਵਲ 'ਤੇ ਜਿਹੜਾ ਉਹਨਾਂ ਦਾ ਜਿਹੜਾ ਸਾਹਿਤ ਆ ਉਹਨੂੰ ਪੜ੍ਹਾਇਆ ਜਾਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਔਰ ਸ਼੍ਰੋਮਣੀ ਕਮੇਟੀ ਤੋਂ ਵੀ ਮੰਗ ਕਰਦੇ ਹਾਂ ਵੀ ਜੇ ਉਹਨਾਂ ਦੀ ਤਸਵੀਰ ਜਿਹੜੀ ਆ ਐਡੇ ਵੱਡੇ ਸੈਲਾਨੀ ਕੁਰਬਾਨੀ ਦੇ ਜਿਹੜੇ ਹੈਗੇ ਆ ਡਾਕਟਰ ਸਾਹਿਬ ਉਹਨਾਂ ਦੀ ਯਾਦ ਜਿਹੜੀ ਆ ਸਦਾ ਸਦੀਵੀ ਰੱਖਣ ਲਈ ਜਿਹੜਾ ਸਿੱਖ ਅਜਾਇਬ ਘਰ ਆ ਉਹਦੇ ਵਿੱਚ ਵੀ ਉਹਨੇ ਤਸਵੀਰ ਜਿਹੜੀ ਆ ਸੁਸ਼ੋਭਿਤ ਕੀਤੀ ਹੈ।